ਸਲਾਮ ਅਲੈਕੁਮ ਯਾਰ, ਸੈਡ ਨਿਊਜ਼ ਹੈ ਬੜੀ। ਅਤੇ ਯਾਰ ਹੁਣ ਤੁਸੀਂ ਸਪੋਰਟ ਕਰਨੀ ਹੈ। ਸਾਡੀ ਫੈਕਟਰੀ ਜੋਈਆਂ ਵਾਲਾ ਮੋੜ ਚੀਚੋਕੀ ਮਲੀਆਂ ਰੋਡ 'ਤੇ, ਓਲੰਪੀਆ ਕਾਰਪੇਟ ਲਾਹੌਰ ਰੋਡ, ਜੋਈਆਂ ਵਾਲਾ ਮੋੜ ਚੀਚੋਕੀ ਮਲੀਆਂ ਰੋਡ, ਓਲੰਪੀਆ ਕਾਰਪੇਟ, ਉੱਥੇ ਆਉਂਦੇ ਸੀ 12 ਘੰਟੇ ਡਿਊਟੀ ਕਰੋ ਅਤੇ ਸੈਲਰੀ ਤੁਹਾਨੂੰ ਮਿਲੇਗੀ 37,000 ਮੁਕਰਰ 8 ਘੰਟਿਆਂ ਦੀ, ਅਤੇ 12 ਸਾਡੇ ਕੋਲ ਲੈਂਡ। ਅਸੀਂ ਇਹਨਾਂ ਨੂੰ ਕਿਹਾ ਅਸੀਂ ਨਹੀਂ ਕਰਨੀ, ਇਤਜਾਜ ਕੀਤਾ, ਫਿਰ ਸਾਡਾ ਇਤਜਾਜ ਮੰਨਿਆ ਗਿਆ। ਲੇਕਿਨ ਬਾਅਦ 'ਚੋਂ ਅਗਲੇ ਦਿਨ ਉਹਨਾਂ ਕਿਹਾ ਫੈਕਟਰੀ ਬੰਦ ਹੋ ਜਾਣੀ। ਸੈਡ ਨਿਊਜ਼ ਇਹ ਕਿ ਅਸੀਂ ਮਜ਼ਦੂਰ ਬੰਦੇ ਸਾਂ ਅਤੇ ਫੈਕਟਰੀ ਬੰਦ ਹੋ ਗਈ ਹੈ, ਬੜੇ ਬੰਦੇ ਵਿਚਾਰੇ ਬੇਰੁਜ਼ਗਾਰ ਹੋ ਗਏ ਨੇ, ਅਤੇ ਮੈਂ ਆਪ ਖੁਦ ਬੇਰੁਜ਼ਗਾਰ ਹੋ ਗਿਆ, ਬੱਚੇ ਛੋਟੇ ਛੋਟੇ। ਅਤੇ ਯਾਰ ਤੁਸੀਂ ਥੋੜ੍ਹੀ ਸਪੋਰਟ ਕਰੋ, ਮੇਰਾ ਚੈਨਲ ਸਬਸਕ੍ਰਾਈਬ ਕਰੋ, ਇਹ ਵੀਡੀਓ ਇੰਨੀ ਫੈਲਾਓ ਕਿ ਮੇਰਾ ਚੈਨਲ ਜਿਹੜਾ ਨਾ ਇਹਦੇ ਸਾਰੇ ਜਿਹੜੇ ਕ੍ਰਾਈਟੇਰੀਏ ਪੂਰੇ ਹੋ ਜਾਣ ਅਤੇ ਕੋਈ ਪਰੇਸ਼ਾਨੀ ਨਾ ਬਣੇ ਅਤੇ ਮੇਰਾ ਜ਼ਰੀਆ ਬਣ ਜਾਵੇ। ਮੈਂ ਕੋਸ਼ਿਸ਼ ਕਰਦਾ ਕਿ ਲੱਭਣ ਦੀ ਨੌਕਰੀ ਮੇਲੇ 'ਚ, ਹੁਣ ਦੇਖੋ ਲੱਭਦੀ ਕਿ ਨਹੀਂ ਲੱਭਦੀ। ਤੁਸੀਂ ਮਦਦ ਜ਼ਰੂਰ ਕਰੋ ਮੇਰੇ, ਲਾਜ਼ਮੀ ਵੀਡੀਓ ਜਿਹੜੀ ਹੈ ਨਾ, ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਵੇਖੋ, ਬੈੱਲ ਆਈਕਨ ਦਬਾਓ, ਇੰਨੀ ਵੀਡੀਓ ਵੇਖੋ, ਇੰਨੀ ਵੇਖੋ ਕਿ ਮੈਂ ਸਭ ਮੇਰਾ ਜਿਹੜਾ ਨਾ ਚੈਨਲ ਇਹ ਮੋਨੀਟਾਈਜ਼ ਹੋ ਜਾਵੇ। ਮੇਰੀ ਦੁਆ ਹੈ ਕਿ ਤੁਸੀਂ ਇਨਸ਼ਾਅੱਲਾ ਸਾਰੇ ਸਲਾਮਤ ਰਹੋ ਅਤੇ ਮੇਰੀ ਵੀਡੀਓ ਲਾਈਕ ਕਰਦੇ ਇਨਸ਼ਾਅੱਲਾ।